ਚਾਹੇ 5178 ਟੀਚਰਾਂ ਦੀ ਗੱਲ ਹੈ ਜਾਂ ਇਸੇ ਤਰੀਕੇ ਨਾਲ ਬਾਕੀ ਹੋਰ ਟੀਚਰਸ ਦੀ ਗੱਲ ਹੈ ਜਾਂ ਕੰਟਰੈਕਚੁਅਲ ਇੰਪਲੋਈਜ਼ ਦੀ ਗੱਲ ਹੈ ਜਾਂ ਜੋ ਜੋ ਵਾਅਦਾ ਅਸੀਂ ਆਪਣੇ ਚੋਣਾਂ ਦੇ ਵਿੱਚ ਚੋਣ ਮੈਨੀਫੈਸਟੋ 'ਚ ਕੀਤਾ ਸੀ ਉਸ ਗੱਲ ਨੂੰ ਪੂਰਾ ਕਰਾਂਗੇ। ਅਸੀਂ ਵੱਖ ਵੱਖ ਕੰਪਨੀਆਂ ਨੂੰ ਇਨਵੋਲਵ ਕਰੀਏ ਤਾਂ ਕਿ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਵੀ ਸਾਡੇ ਪੰਜਾਬ ਦੇ ਨੌਜਵਾਨ ਬੱਚੇ ਕੰਮ ਕਰ ਸਕਣ, ਕਿਉਂਕਿ ਸਰਕਾਰੀ ਰੁਜ਼ਗਾਰ ਇੰਨੇ ਵੱਡੇ ਪੱਧਰ 'ਤੇ ਨਹੀਂ ਖੁੱਲ੍ਹ ਸਕਦੇ। ਜਿਹੜੇ ਰੁਜ਼ਗਾਰ ਮੇਲੇ ਹੈ ਇਹ ਸਾਡੀ ਜਿਹੜੀ ਪੜ੍ਹੀ ਲਿਖੇ ਨੌਜਵਾਨ ਵੀਰ ਹੈ ਉਹਨਾਂ ਦੀ ਯੋਗਤਾ ਦੇ ਹਿਸਾਬ ਨਾਲ ਵੱਖ ਵੱਖ ਪ੍ਰਾਈਵੇਟ ਅਦਾਰਿਆਂ ਨੂੰ ਵੱਡੇ ਪੱਧਰ 'ਤੇ ਰੁਜ਼ਗਾਰ ਮਿਲਣ ਵਾਸਤੇ ਲਗਾਏ ਜਾਂਦੇ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਵੀ ਹੁਣੀ ਟਵੀਟ ਕੀਤਾ ਇਸ ਦੇ ਉੱਪਰ ਔਰ ਉਹਨਾਂ ਨੇ ਆਪਣੇ ਵੱਲੋਂ ਮੇਘਾਲਿਆ ਦੇ ਚੀਫ ਮਿਨਿਸਟਰ ਸਾਹਿਬ ਨਾਲ ਵੀ ਗੱਲ ਕੀਤੀ ਹੈ ਤਾਂ ਕਿ ਪੰਜਾਬੀਆਂ ਦੀ ਸੁਰੱਖਿਆ ਨੂੰ ਲੈ ਕੇ ਉਹ ਆਰਮੀ ਕੈਂਪਸ ਦੇ ਵਿੱਚ ਹੈ ਉਹਨਾਂ ਦੀਆਂ ਸਹੂਲਤਾਂ ਨੂੰ ਅਤੇ ਉਹਨਾਂ ਨੂੰ ਉਸ ਕੈਂਪਸ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਮਿਲ ਸਕੇ ਉਸ ਨੂੰ ਲੈ ਕੇ ਸੀਐਮ ਸਾਹਿਬ ਨੇ ਵੀ ਟਵੀਟ ਕੀਤਾ ਔਰ ਉਹਨਾਂ ਨੇ ਵੀ ਚਿੰਤਾ ਜ਼ਾਹਰ ਕੀਤੀ ਔਰ ਨਾਲ ਹੀ ਨਾਲ ਸੂਬੇ ਸਰਕਾਰ ਵੱਲੋਂ ਇੱਕ ਡੈਲੀਗੇਸ਼ਨ ਜਾ ਕੇ ਉਹ ਪਰਿਵਾਰਾਂ ਨੂੰ ਪੰਜਾਬੀ ਪਰਿਵਾਰਾਂ ਨੂੰ ਜਾ ਕੇ ਮੁਲਾਕਾਤ ਵੀ ਕਰੂਗਾ ਉਹਨਾਂ ਦੇ ਮੌਜੂਦਾ ਹਾਲਾਤਾਂ ਨੂੰ ਸਮਝਣ ਵਾਸਤੇ ਉਹਨਾਂ ਦੀ ਤਕਲੀਫ ਨੂੰ ਸਮਝਣ ਵਾਸਤੇ ਔਰ ਉੱਥੇ ਦੀ ਸਰਕਾਰ ਨਾਲ ਗੱਲਬਾਤ ਕਰਨ ਵਾਸਤੇ। ਸੋ ਮੈਂ ਸਮਝਦਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ ਆਪਣੀ ਇਸ ਵਿਸ਼ੇ ਦੇ ਉੱਪਰ ਪਹਿਲਾਂ ਵੀ ਚਿੰਤਾ ਰੱਖੀ ਹੈ ਔਰ ਅੱਜ ਵੀ ਜਦੋਂ ਇਹ ਗੱਲ ਆਈ ਹੈ ਤਾਂ ਉਹਨਾਂ ਨੇ ਆਪਣਾ ਚਿੰਤਾ ਸਮਝੀ ਹੈ ਔਰ ਇੱਕ ਡੈਲੀਗੇਸ਼ਨ ਸਾਡੇ ਪੰਜਾਬ ਤੋਂ ਸਰਕਾਰ ਦੇ ਨੁਮਾਇੰਦਿਆਂ ਦਾ ਉਸ ਜਗ੍ਹਾ ਨੂੰ ਵਿਜ਼ਿਟ ਕਰਕੇ ਆਪਣੇ ਲੋਕਾਂ ਨੂੰ ਮਿਲੂ। ਜੀ ਸਰ, ਇੱਕ ਹੋਰ ਵੱਡਾ ਇਸ਼ੂ ਹੈ ਸਿੱਧੇ ਤੌਰ 'ਤੇ ਤੁਸੀਂ ਜ਼ਿਲ੍ਹਾ ਪਦਭਾਰ ਸਾਹਮਣੇ ਹੀ ਤਕਰੀਬਨ 5178 ਅਧਿਆਪਕਾਂ ਨੂੰ ਪੱਕੇ ਕਰਨ ਦਾ ਫੈਸਲਾ ਦਿੱਤਾ, ਸੁਭਾਅ ਦਿੱਤੀ ਹੈ। ਇਸ ਤੋਂ ਇਲਾਵਾ ਰੁਜ਼ਗਾਰ ਨੂੰ ਲੈ ਕੇ ਵੀ ਮੇਲੇ ਲਾਏ ਜਾ ਰਹੇ ਨੇ, ਥੋੜ੍ਹਾ ਇਸ ਬਾਰੇ ਵੀ ਬਰੀਫ ਕਰੋ। ਦੇਖੋ, ਇਹ ਸਰਕਾਰ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਹਮੇਸ਼ਾ ਇਹ ਕਿਹਾ ਹੈ ਕਿ ਜੋ ਵੀ ਵਾਅਦਾ ਅਸੀਂ ਚੋਣਾਂ ਦੇ ਵਿੱਚ ਲੋਕਾਂ ਨਾਲ, ਪੰਜਾਬ ਦੀ ਜਨਤਾ ਨਾਲ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤਾ, ਅਸੀਂ ਆਪਣੇ ਹਰ ਵਾਅਦੇ ਨੂੰ ਪੂਰਾ ਕਰਨਾ। ਸ਼ੁਰੂਆਤ ਸਰਕਾਰ ਦੀ ਹੋਈ ਹੈ, 2 ਸਾਲ ਦਾ ਸਮਾਂ ਬੀਤਿਆ, 3 ਸਾਲ ਦਾ ਸਮਾਂ ਹੋਰ ਬਚਿਆ ਇਸ ਟੈਨਿਓਰ ਦਾ ਔਰ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਇਸ ਸਰਕਾਰ ਦਾ ਇੱਕ ਹਿੱਸਾ ਹੋਣ ਦੇ ਨਾਤੇ, ਕਾਂਗਰਸ ਪਾਰਟੀ ਦੀ ਸਰਕਾਰ ਦਾ, ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਦਾ ਇੱਕ ਹਿੱਸਾ ਹੋਣ ਦੇ ਨਾਤੇ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਸਕਦਾ ਕਿ ਸਾਡੀ ਸਰਕਾਰ ਵੱਲੋਂ ਇਕੱਲੇ ਵਾਅਦੇ ਨੂੰ ਪੂਰਾ ਕਰਨ ਦਾ ਟੀਚਾ ਬਣ ਕੇ ਪੁਰਜ਼ੋਰ ਤਰੀਕੇ ਨਾਲ ਪਲੈਨਿੰਗ ਦੇ ਨਾਲ ਕੰਮ ਹੋ ਰਿਹਾ ਔਰ ਆਉਣ ਵਾਲੇ ਸਮੇਂ ਵਿੱਚ ਚਾਹੇ 5178 ਟੀਚਰਾਂ ਦੀ ਗੱਲ ਹੈ ਜਾਂ ਇਸੇ ਤਰੀਕੇ ਨਾਲ ਬਾਕੀ ਹੋਰ ਟੀਚਰਸ ਦੀ ਗੱਲ ਹੈ ਜਾਂ ਕੰਟਰੈਕਚੁਅਲ ਇੰਪਲੋਈਜ਼ ਦੀ ਗੱਲ ਹੈ ਜਾਂ ਜੋ ਜੋ ਵਾਅਦਾ ਅਸੀਂ ਆਪਣੇ ਚੋਣਾਂ ਦੇ ਵਿੱਚ ਚੋਣ ਮੈਨੀਫੈਸਟੋ 'ਚ ਕੀਤਾ ਸੀ ਉਸ ਗੱਲ ਨੂੰ ਪੂਰਾ ਕਰਾਂਗੇ। ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਮੇਲਿਆਂ ਦੀ ਗੱਲ ਕੀਤੀ ਹੈ, ਇਹ ਵੀ ਇੱਕ ਲਗਾਤਾਰ ਪਹਿਲੇ ਦਿਨ ਤੋਂ ਹੀ ਲਗਾਤਾਰ ਤਰੀਕੇ ਨਾਲ ਇਹ ਪ੍ਰਕਿਰਿਆ ਚੱਲ ਰਹੀ ਹੈ ਕਿ ਅਸੀਂ ਵੱਖ ਵੱਖ ਕੰਪਨੀਆਂ ਨੂੰ ਇਨਵੋਲਵ ਕਰੀਏ ਤਾਂ ਕਿ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਵੀ ਸਾਡੇ ਪੰਜਾਬ ਦੇ ਨੌਜਵਾਨ ਬੱਚੇ ਕੰਮ ਕਰ ਸਕਣ, ਕਿਉਂਕਿ ਸਰਕਾਰੀ ਰੁਜ਼ਗਾਰ ਇੰਨੇ ਵੱਡੇ ਪੱਧਰ 'ਤੇ ਨਹੀਂ ਖੁੱਲ੍ਹ ਸਕਦੇ, ਨਾ ਅਸੀਂ ਇੰਨੇ ਵੱਡੇ ਪੈਮਾਨੇ ਦੇ ਉੱਪਰ ਸਰਕਾਰ ਦੇ ਵਿੱਚ ਰੁਜ਼ਗਾਰ ਦਾ ਪ੍ਰਬੰਧ ਕਰ ਸਕਦੇ ਹਾਂ, ਕਿਉਂਕਿ ਆਰਥਿਕ ਮਜ਼ਬੂਤੀ ਨਹੀਂ ਹੈ, ਆਰਥਿਕ ਹਾਲਾਤ ਪੰਜਾਬ ਦੇ ਉਨੇ ਚੰਗੇ ਨਹੀਂ ਜਿੰਨੇ ਹੋਣੇ ਚਾਹੀਦੇ ਸੀ। ਇਸ ਕਰਕੇ ਮੈਂ ਇਹ ਸਮਝਦਾ ਕਿ ਜਿਹੜੇ ਰੁਜ਼ਗਾਰ ਮੇਲੇ ਹੈ ਇਹ ਸਾਡੀ ਜਿਹੜੀ ਪੜ੍ਹੀ ਲਿਖੇ ਨੌਜਵਾਨ ਵੀਰ ਹੈ ਉਹਨਾਂ ਦੀ ਯੋਗਤਾ ਦੇ ਹਿਸਾਬ ਨਾਲ ਵੱਖ ਵੱਖ ਪ੍ਰਾਈਵੇਟ ਅਦਾਰਿਆਂ ਨੂੰ ਵੱਡੇ ਪੱਧਰ 'ਤੇ ਰੁਜ਼ਗਾਰ ਮਿਲਣ ਵਾਸਤੇ ਲਗਾਏ ਜਾਂਦੇ ਹੈ ਔਰ ਸਰਕਾਰ ਦਾ ਹਮੇਸ਼ਾ ਟੀਚਾ ਰਹਿੰਦਾ ਕਿ ਅਸੀਂ ਵੱਧ ਤੋਂ ਵੱਧ ਆਪਣੇ ਨੌਜਵਾਨ ਬੱਚਿਆਂ ਨੂੰ ਇੰਡਸਟਰੀ ਦੇ ਨਾਲ ਕੰਪੈਟੀਬਿਲਿਟੀ ਕਰਕੇ ਉਹਨਾਂ ਨੂੰ ਰੁਜ਼ਗਾਰ ਦਿਵਾਉਣ ਵਾਸਤੇ ਮਦਦ ਕਰ ਸਕੀਏ। ਸਰ, ਇੱਕ ਸਵਾਲ, ਵਰਦੀਆਂ ਔਰ ਕਿਤਾਬਾਂ ਨੂੰ ਰਿਲੇਟਿਡ ਵੀ ਰਿਹਾ, ਕਾਫੀ ਪਰਸਕ ਮਸਲਾ ਰਿਹਾ ਔਰ ਅਜੇ ਵੀ ਕਈ ਸਕੂਲ ਇਹੋ ਜਿਹੇ ਨੇ ਜਿੱਥੇ ਬੱਚਿਆਂ ਨੂੰ ਕਿਤਾਬਾਂ ਨਹੀਂ ਮਿਲੀਆਂ, ਵਰਦੀਆਂ ਨਹੀਂ ਮਿਲੀਆਂ, ਉਸ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਤੁਸੀਂ ਰਿਵਿਊ ਕਰ ਰਹੇ ਹੋ? ਕਿਉਂਕਿ ਨਹੀਂ, ਦੇਖੋ, ਮੈਂ ਹਾਲੇ ਕੱਲ ਹੀ ਟੇਕ ਓਵਰ ਕੀਤਾ ਹੈ, ਲੈਟ ਮੀ ਇਟ ਵਿਲ ਟੇਕ 1-2 ਡੇਜ਼ ਫੋਰ ਮੀ ਟੂ ਅੰਡਰਸਟੈਂਡ ਦੀਜ਼ ਇਸ਼ੂਜ਼ ਐਂਡ ਮੇ ਬੀ ਐਟ ਅ ਲੇਟਰ ਸਟੇਜ ਥੋੜ੍ਹੇ ਦਿਨਾਂ ਬਾਅਦ ਆਪਾਂ ਇਸ ਦੇ ਉੱਪਰ ਗੱਲ ਕਰ ਸਕਾਂਗੇ।